ਜਦੋਂ ਨਵੀਂ ਨਵੀਂ ਹੀ ਮੈਂ ਵਿਆਹੀ ਸੀ ਤੂੰ ਮੇਰਾ ਬਣ ਪਰਿਸ਼ਾਵਾਂ ਰਹਿੰਦਾ ਸੀ ਵੇ ਮੇਰੇ ਗੋਡੇ ਦੇ ਮੁੱਢ ਬੈਠ ਬੈਠ ਕੇ ਮੇਰੀਆਂ ਸਿਫਤਾਂ ਹੀ ਕਰਦਾ ਰਹਿੰਦਾ ਸੀ ਅਕਸਰ ਕਹਿ ਦਿੰਦੇ ਨੇ ਜੀ ਨਵੇਂ ਨਵੇਂ ਵਿਆਹ ਦਾ ਚਾਅ ਬਹੁਤ ਹੁੰਦਾ ਜਿਨ੍ਹਾਂ ਦੇ ਹੋਏ ਹੋਏ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਹੋਣ ਵਾਲੇ ਆ ਕੁਛ ਕਹਿ ਨਹੀਂ ਸਕਦੇ ਕਹਿੰਦੇ ਨੇ ਜੀ ਨਵੇਂ ਨਵੇਂ ਵਿਆਹ ਦਾ ਚਾਅ ਬਹੁਤ ਹੁੰਦਾ ਨਵੇਂ ਨਵੇਂ ਵਿਆਹ 'ਚ ਜਿਹੜੇ ਵੱਲ ਜੁਲਫਾਂ ਲੱਗਦੀਆਂ ਨਾ ਸਾਲ ਬਾਅਦ ਉਹੀ ਝਾਟੇ ਲੱਗਦੇ ਹੁੰਦੇ ਕਿਤੇ ਦਾਲ ਸਬਜ਼ੀ 'ਚੋਂ ਵਾਲ ਵੀ ਨਿਕਲ ਵਧਾ ਅੰਦਰੋਂ ਹੀ ਆਵਾਜ਼ ਆਉਂਦੀ ਆ ਅੱਗ ਲਾ ਲਾ ਝਾਟਿਆਂ ਨੂੰ ਪਹਿਲਾਂ ਤਾਂ ਬੜੇ ਲਾਲ ਪੀਲੇ ਕਲਿੱਪ ਲਿਆ ਕੇ ਦਿੰਦੇ ਹੈ ਤੂੰ ਆਹ ਲਾ ਤੇਰੇ ਆਹ ਸੋਹਣਾ ਲੱਗੂਗਾ ਨਾਮ ਹੀ ਪਸੰਦ ਹੋਵੇ ਲਾਉਣਾ ਪੈਂਦਾ ਰਹਿਣਾ ਆ ਭਾਈ ਸਾਲ ਬਾਅਦ ਕਹਿਣਗੇ ਸਰੋਂ ਦਾ ਤੇਲ ਲਾ ਕੇ ਚੁੱਪ ਕਰਕੇ ਸਿੱਧਾ ਸਿਰ ਵਾਲਾ ਤੈਨੂੰ ਮੈਂ ਹੀ ਦੇਖਣਾ ਤੂੰ ਮੈਨੂੰ ਪਸੰਦ ਲਾਨ ਜਦੋਂ ਨਵੀਂ ਨਵੀਂ ਹੀ ਮੈਂ ਵਿਆਹੀ ਸੀ ਤੂੰ ਮੇਰਾ ਪਾਣੀ ਪਰਿਸ਼ਾਵਾ ਰਹਿੰਦਾ ਸੀ ਵੇ ਮੇਰੇ ਗੋਡੇ ਦੇ ਮੁੱਢ ਬੈਠ ਬੈਠ ਕੇ ਮੇਰੀਆਂ ਸਿਫਤਾਂ ਹੀ ਕਰਦਾ ਰਹਿੰਦਾ ਸੀ ਹੁਣ ਤੇਰੇ ਮਨ ਵਿੱਚ ਮੈਂ ਪਿਆ ਤੇਰੇ ਮਨ ਵਿੱਚ ਮੈਂ ਪਿਆ ਮੈਂ ਤੋਂ ਤਾਂ ਹੁੰਦਾ ਸੈਣੀ ਜਿਹੋ ਜਿਸਮ ਦੇ ਮਾਇਆ ਵੇ ਮੈਂ ਉਹ ਜੀ ਕਹਿੰਦੇ ਛੋਟੀ ਜੀ ਹੈ ਗੱਲ ਸੁਣਿਓ ਜ਼ਰੂਰ ਧਿਆਨ ਜ਼ਰੂਰ ਦਿਓ ਕਹਿੰਦੇ ਕਿਸੇ ਬੀਬੀ ਨੇ ਆਪਣੇ ਮੁੰਡੇ ਅਤੇ ਕੁੜੀ ਦਾ ਵਿਆਹ ਇਕੱਠਿਆਂ ਕਰਤਾ ਕਰ ਦਿੰਦੇ ਅੱਜ ਕੱਲ੍ਹ ਵੀ ਰਿਸ਼ਤੇਦਾਰ ਆਏ ਫਿਰ ਕਿੱਥੇ ਦੁਬਾਰਾ ਇੰਨੀ ਇੰਨੀ ਦੂਰ ਹੋ ਸਕਦੇ ਨੇ ਇਕੱਠਿਆਂ ਕਰਤਾ ਡੇਢ ਕੁ ਮਹੀਨੇ ਬਾਅਦ ਉਹਦੀ ਕੋਈ ਸਹੇਲੀ ਆਈ ਉਹਨੂੰ ਵਧਾਈਆਂ ਦੇਣ ਨਹੀਂ ਪਹੁੰਚੀ ਹੋਣੀ ਵਿਆਹ ਤੂੰ ਕਹਿੰਦੀ ਨਹੀਂ ਭੈਣੇ ਵਧਾਈਆਂ ਮੁੰਡੇ ਕੁੜੀ ਦਾ ਵਿਆਹ ਇਕੱਠਿਆਂ ਕਰਤਾ ਕਿੱਦਾਂ ਨੌਂ ਰਾਣੀ ਕਿੱਦਾਂ ਠੀਕ ਆ ਨਿੱਕਾ ਦੀ ਨੌਂ ਰਾਣੀ ਉੱਠਦੀ ਮੰਜੇ ਤੋਂ ਪੈਰ ਨਹੀਂ ਥੱਲੇ ਲਾਉਂਦੀ ਮੁੰਡਾ ਬੈਠੀ ਨੂੰ ਜਾ ਦਿੰਦਾ ਰੋਜ਼ ਸ਼ਾਮ ਨੂੰ ਬਾਹਰ ਰੋਟੀ ਖਾਣ ਚਲ ਜਾਂਦੇ ਆ ਅਸੀਂ ਤਾਂ ਆਪ ਪਕਾਈ ਦੀਆਂ ਅਤੇ ਆਪ ਹੀ ਖਾਈ ਦੀਆਂ ਮੁੰਡੇ ਨੂੰ ਮਗਰ ਲਾਈ ਫਿਰਦੀ ਹੈ ਅੱਛਾ ਅਤੇ ਧੀ ਰਾਣੀ ਨੀ ਭੈਣੇ ਰੱਬ ਦਾ ਲੱਖ ਲੱਖ ਸ਼ੁਕਰ ਆ ਜਵਾਈ ਧਰਮ ਨਾਲ ਬਾਹਲਾ ਹੀ ਚੰਗਾ ਮਿਲਿਆ ਬਾਹਲਾ ਹੀ ਚੰਗਾ ਪਰਿਵਾਰ ਮਿਲਿਆ ਕਿਤੇ ਉਹਨੂੰ ਮੰਜੇ ਤੋਂ ਪੈਰ ਨਹੀਂ ਥੱਲੇ ਲਾਹਣ ਦਿੱਤਾ ਸਵੇਰ ਹੀ ਚਾਹ ਆਪ ਬਣਾ ਕੇ ਮੁੰਡੇ ਨੇ ਕੁੜੀ ਨੂੰ ਪਿਆਉਣੀ ਹੈ ਤੇ ਇੱਕ ਟਾਈਮ ਦੀ ਰੋਟੀ ਬਾਹਰ ਵੀ ਖਾਣੀ ਹੈ ਘਰੇ ਨਹੀਂ ਕੰਮ ਕਰਨ ਦਿੰਦਾ ਬਾਹਲਾ ਹੀ ਧਿਆਨ ਰੱਖਦਾ ਮੇਰੀ ਧੀ ਰਾਜ ਕਰਦੀ ਜੇ ਧੀ ਰਾਜ ਕਰਦੀ ਹੈ ਤੇ ਨੌਕਾ ਤੋਂ ਨਹੀਂ ਰਾਜ ਨੌਂ ਲਈ ਇਹ ਫਰਕ ਕਿਉਂ ਨੇ ਜੇ ਨੌਂ ਲਈ ਇਹ ਗੱਲ ਗਲਤ ਹੈ ਤੇ ਧੀ ਲਈ ਵੀ ਗਲਤ ਹੈ ਕੁੜੀ ਮੈਂ ਵੀ ਹਾਂ ਮੇਰੀ ਭੈਣ ਵੀ ਕਿਸੇ ਦੇ ਘਰੇ ਗਈ ਹੈ ਸਾਡੇ ਘਰੇ ਵੀ ਕੋਈ ਭਰਜਾਈ ਆਈ ਹੋਈ ਹੈ ਲੇਕਿਨ ਮੈਂ ਬਹੁਤ ਕਿਉਂਕਿ ਜਾਈਦਾ ਦੁਨੀਆ ਵਿੱਚ ਵਿਚਰਨ ਨੂੰ ਫੈਲਦਾ ਬਹੁਤ ਜ਼ਿਆਦਾ ਪਰਸੈਂਟੇਜ ਮਾਵਾਂ ਦੀ ਹੁੰਦੀ ਆ ਘਰ ਖਰਾਬ ਕਰਨ ਕਿਉਂਕਿ ਧੀ ਨੂੰ ਸ਼ਹਿ ਦਿੰਦੀ ਹੈ ਜੇ ਧੀ ਦਾ ਦੁੱਖ ਹੈ ਉਹ ਵੀ ਕਿਸੇ ਦੀ ਹੈ ਉਹ ਵੀ ਛੱਡ ਕੇ ਆਈ ਹੈ ਇਹ ਸੁੱਖ ਉਹਦੇ ਲਈ ਮੈਂ ਪਹਿਲਾਂ ਵੀ ਕਹਿ ਕੇ ਗਈ ਹਾਂ ਚਾਰ ਦਿਨ ਵਿਚਾਰਿਆਂ ਨੂੰ ਐਸ਼ ਕਰ ਲੈਂਦਿਆ ਕਰੋ ਬਾਅਦ 'ਚ ਜੁਲਫਾਂ ਝੱਟ ਹੀ ਲੱਗਦੇ ਹੁੰਦੇ ਇਹ ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਜਿਹੜੀਆਂ ਮੇਰੀਆਂ ਬੀਬੀਆਂ ਮਾਈਆਂ ਉਹ ਤਾਂ ਕਹਿੰਦੀਆਂ ਹੋਣਗੀਆਂ ਭੈਣੇ ਸਾਡੇ ਟਾਈਮ ਦਾ ਕਿੱਥੇ ਹੋਟਲ ਰੈਸਟੋਰੈਂਟ ਸੀ ਆਪ ਹੀ ਮੱਕੀ ਦੀਆਂ ਰੋਟੀਆਂ ਲਾਈ ਦੀਆਂ ਹੈ ਨਾ ਸੋ ਗੱਲ ਇਹ ਨਹੀਂ ਗੱਲ ਸੋਚ ਦੀ ਹੈ ਸੋਚ 'ਚ ਇੰਨਾ ਫਰਕ ਕਿਉਂ ਉਹ ਵੀ ਕਿਸੇ ਦੀ ਧੀ ਹੈ ਕਿਸੇ ਦੀ ਭੈਣ ਹੈ ਜੇ ਤੁਹਾਨੂੰ ਆਪਣੇ ਲਈ ਇੰਨਾ ਦੁੱਖ ਹੈ ਤਾਂ ਉਹਦੇ ਲਈ ਵੀ ਹੋਣਾ ਚਾਹੀਦਾ ਜੇ ਆਪਣਾ ਕਿਸੇ ਨੂੰ ਸਮਝੋਗੇ ਤਾਂ ਹੀ ਤੁਹਾਨੂੰ ਕੋਈ ਆਪਣਾ ਬਣਾਊਗਾ ਇਹ ਗੱਲ ਸੱਚ ਦੁਖਦੇ ਸੁਣਦਾ ਇਸ਼ਕ ਚਲੁੱਟੀ ਆਈ ਯਾਰੇ
Yeah.
ਹੁਦੀ ਜੱਟਾ ਵੇਹੇ
हस हस